हाँ जी, तुम सारे जने पशु रख दोगे, अपा पशुआ वास्ते देसी तरीका ले गए हैं जी, ठीक है ना। पशुआ नूं लोड़ पैंदी उह चीज़ दी, पशुआ दा दुध वधाउण वास्ते देसी तरीका, दुध वधा वधूगा बई, जे ना वधे तां गरंटी है जी दुध ना वधे साडा, ठीक है। हाँ, इही जिहा फार्मूला ले के आए, फार्मूला ले के आए आपां, भी दिक्कत आउंदी है आपां बहुत, चाहे गां है चाहे मझ है बकरी है कुछ मर्जी है, कुत्तियां कुत्ते सारे नूं दिक्कत आउंदी है, हर इक चीज़ दे कम करूगा उह फार्मूला बई, ठीक है ना। ठीक है, दिक्कत की आउंदी है आपां नूं, ਵੀ ਚਿੱਚੜ ਲੱਗ ਜਾਂਦੇ ਨੇ ਮੈਸਾਂ ਦੇ, ਚਿੱਚੜੀਆਂ ਚਿੱਚੜ ਹੈ ਨਾ, ਕਿਉਂ ਖੂਨ ਚੂਸੀ ਜਾਂਦੇ, ਦੁੱਧ ਘੱਟ ਜਾਂਦੀਆਂ, ਦੁੱਧ ਘੱਟਦੀਆਂ ਨੇ ਜੀ ਜਦੋਂ ਚਿੱਚੜ ਲੱਗ ਗਏ, ਰੇਟ ਵੀ ਘੱਟਦਾ, ਰੇਟ ਵੀ ਘੱਟਦਾ, ਸਾਰਾ ਕੁਛ ਹੀ ਘੱਟਦਾ ਬਈ, ਆਪ ਵੀ ਨਹੀਂ ਪੀਣ ਨੂੰ ਜੀ ਕਰਦਾ ਹੈਗਾ, ਸਹੀ ਗੱਲ ਨਾਲ ਭਰੀ ਪਈ ਜਾਂਦੇ ਡੰਗਰ, ਆ ਸਾਡੀ ਮੈਸ ਦੇਖ ਲਓ ਤੁਸੀਂ, ਇੱਕ ਵੀ ਚਿੱਚੜੀ ਨਹੀਂ ਹੈਗੀ, ਇੱਕ ਵੀ ਚਿੱਚੜੀ ਹੈ ਨਹੀਂ ਜੀ, ਕੋਈ ਦਿਖਾ ਦੇ ਬੰਦਾ ਸ਼ੋਅ ਕਰ ਦੇ ਕਿਤੇ ਵੀ, ਜੇ ਇੱਕ ਵੀ ਚਿੱਚੜੀ ਲੱਗੀ ਹੋਈ ਆ ਚੈੱਕ ਕਰ ਸਕਦੇ ਹੋ ਤੁਸੀਂ, ਕਿਉਂਕਿ ਚਿੱਚੜੀ ਦੇ ਤਾਂ ਨਹੀਂ ਹੈਗੀ, ਅਸੀਂ ਇਹਦਾ ਧਿਆਨ ਰੱਖਦੇ, ਉਹ ਫਾਰਮੂਲਾ ਅਸੀਂ ਇਹਦੇ ਅਜਵਾਇਆ, ਠੀਕ ਹੈ, ਕਿਉਂਕਿ ਅੱਜ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਦੇ ਹਾਂ ਫਾਰਮੂਲਾ ਉਹ, ਅਤੇ ਜਿਹੜਾ ਤੁਸੀਂ ਫਾਰਮੂਲਾ ਤਿਆਰ ਕਰਿਆ ਆਪਾਂ ਨੇ ਇਹਤੇ ਵਰਤਿਆ ਹੋਇਆ, ਉਹ ਫਾਰਮੂਲਾ ਹਰੇਕ ਬੰਦਾ ਆਪਦੇ ਘਰ ਤਿਆਰ ਕਰ ਸਕਦਾ, ਹਰੇਕ ਕਰ ਸਕਦਾ ਜੀ, ਕਿਤੋਂ ਕੁਛ ਨਹੀਂ ਲੈਣਾ ਹੈਗਾ, ਕਿਉਂਕਿ ਜੇ ਤੁਸੀਂ ਚਿੱਚੜੀਆਂ ਵਾਲੀ ਦਵਾਈ ਵੀ ਲਿਆਉਂਦੇ ਹੋ, ਉਹ ਵੀ 250-300 ਦੀ ਸੀਸੀ ਦਿੰਦੇ ਆ ਬਾਜ਼ਾਰ 'ਚੋਂ, ਠੀਕ ਹੈ, ਠੀਕ ਹੈ ਨਾ, ਦਿੰਦੇ ਆ ਨਾ, ਨਾਲ ਤੁਹਾਨੂੰ ਉਹਦੇ ਪੈਸੇ ਲਾਉਣ ਦੀ ਲੋੜ, ਜੇ ਤੁਸੀਂ ਡਾਕਟਰ ਤੋਂ ਵੀ ਟੀਕਾ ਲਵਾਓਗੇ ਯਾਰ, ਇੱਕ ਪਸ਼ੂ ਦਾ 300 ਰੁਪਇਆ ਲੈ ਜਾਂਦਾ, ਨਾ ਤੋੜੀਆਂ ਜਾਂਦੀਆਂ ਇਹ, ਤੋੜੀਆਂ ਵੀ ਨਹੀਂ ਜਾਂਦੀਆਂ, ਕੋਈ ਹੱਲ ਨਹੀਂ ਹੈਗਾ, ਬਾਕੀ ਟੀਕੇ ਦਾ ਨੁਕਸਾਨ ਵੀ ਹੈ ਜੀ ਆਪਾਂ ਲਵਾਉਂਦੇ ਹਾਂ, ਫਿਰ ਤੁਸੀਂ ਕੀ ਹੱਲ ਕਰੋਗੇ ਉਹ ਕਰਕੇ ਦਿਖਾਓ ਸਾਨੂੰ, ਕੀ ਹੱਲ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ, ਦੇਸੀ ਤਰੀਕਾ, ਹਰ ਇੱਕ ਬੰਦਾ ਘਰੇ ਕਰ ਸਕਦਾ, ਕਿਤੇ ਜਾਣ ਦੀ ਲੋੜ ਨਹੀਂ, ਕੁਛ ਨਹੀਂ ਕਰਨਾ, ਠੀਕ ਹੈ ਨਾ, ਲੈ ਦੱਸੋ ਜੀ ਕੀ, ਲੈ ਵੀ ਕੱਪੜਾ ਲੈ ਕੇ ਆ ਬਈ ਉੱਥੋਂ ਆਪਣਾ, ਕੱਪੜਾ, ਹਾਂ ਕੱਪੜਾ, ਕੱਪੜਾ ਮਾਰਨੇ ਮੱਝ ਤੇ, ਕੱਪੜਾ ਨਹੀਂ ਮਾਰਦੀ, ਕੱਪੜੇ 'ਚ ਕਰਾਂਗੇ ਕੁਛ, ਅੱਛਾ ਮਾਂ ਕਿਤੇ ਕੱਪੜਾ ਮਾਰ ਕੇ ਕਿਹੜਾ ਸਾਫ਼ ਕਰਨੀ ਹੈ, ਕਿਉਂਕਿ ਇਹਦੇ ਤਾਂ ਵੈਸੇ ਚਿੱਚੜੀਆਂ ਹੈ ਨਹੀਂ, ਪਰ ਜਿਹੜੀ ਮੱਝ ਚਿੱਚੜੀਆਂ ਵਾਲੀ ਐਂ ਸਮਝ ਲਓ ਉਹਦਾ ਪ੍ਰੋਸੈਸ ਹੈ, ਮੱਝ ਹੋਵੇ ਗਾਂ ਹੋਵੇ ਜੀ, ਆਹ ਦੇਖ ਲਓ ਤੁਸੀਂ, ਆਹ ਕੀ ਹੈ ਜੀ, ਠੀਕ ਹੈ, ਲਗਭਗ ਤਾਂ ਸਾਰੇ ਜਣੇ ਪਿਛਾਣ ਲਏ, ਇਹ ਤਾਂ ਭੰਗ ਹੈ ਜੀ, ਇਹ ਭੰਗ ਦਾ ਬੂਟਾ ਹੈ ਜੀ, ਭੰਗ ਪਿਉਣੀ ਹੈ ਮੈਂ ਇਸ ਨੂੰ, ਨਾ ਭੰਗ ਫੇਣੀ ਨਹੀਂ ਹੈਗੀ ਜੀ, ਹਾਂ ਭੰਗ ਦਾ ਆਪਾਂ ਤੁਹਾਨੂੰ ਇਸਤੇਮਾਲ ਕਰਦੇ, ਕਿ ਭੰਗ ਪੀ ਕੇ ਕੰਮ ਕਰਨਾ ਇਹ, ਨਾ 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 ਨਾ, ਇਹ ਵੀ ਨਹੀਂ ਕਰਨਾ ਯਾਰ, ਇਹ ਜੇ ਕੀ ਫਾਰਮੂਲਾ ਲਿਆਏ ਤੁਸੀਂ ਕੱਪੜੇ ਨਾਲ, ਵੱਡੀ ਲੈਣਾ ਸੀ ਕੱਪੜਾ ਜੀ, ਵੱਡਾ ਲਿਓ, ਲਿਓ, ਆਹ ਦੇਖੋ ਜੀ ਆਪਾਂ ਇਹਨੂੰ ਚੁੰਡਣੇਗਾ, ਠੀਕ ਹੈ, ਠੀਕ ਹੈ ਨਾ, ਅੱਛਾ ਇਹਦੇ ਆ ਪੱਤੇ ਤੋੜਨੇ ਨੇ, ਪੱਤੇ ਤੋੜਨੇ ਨੇ, ਕਿੰਨੇ ਕੁ ਤੋੜਨੇ ਨੇ ਇਹ ਪੱਤੇ, ਬਸ ਹੁਣ ਦੱਸਦਾ ਵੀ ਕਿੰਨੇ ਕੁ ਤੋੜਨੇ ਨੇ, ਠੀਕ ਹੈ, ਲਓ ਜੀ ਭੰਗ ਦਾ ਬੂਟਾ ਤੁਸੀਂ ਸਾਰੇ ਕਿਤੇ ਮਿਲੀ ਜਾਂਦਾ, ਹਾਂ ਇਹਦਾ ਨੋਰਮਲੀ ਹੁੰਦਾ, ਨੋਰਮਲ ਜਿਹਾ ਲੈ ਲੈਂਦੇ, ਪੱਤੇ ਦੇ ਤੁਸੀਂ ਆ ਤੋੜਨੇ ਨੇ ਪੱਤੇ, ਹਾਂ ਠੀਕ, ਲੈ ਫੜੀਓ ਸ਼ਰਮਾ ਜੀ ਮਾੜਾ ਜਿਹਾ, ਲਓ ਜੀ ਫੜੋ ਜੀ ਪੱਤੇ, ਆ ਗਿਆ ਜੀ ਕੱਪੜਾ, ਪੱਤੇ ਦੱਸ ਦਿਓ ਸਾਨੂੰ ਕਿੰਨੇ ਕੁ, ਚਾਹੇ ਤੁਸੀਂ ਜੇ ਤੁਹਾਡੀ ਕਿਸੇ ਕੁੱਤੀ ਦੇ ਕੁੱਤੇ ਦੇ ਕਿਸੇ ਇਹਦੇ ਤੁਹਾਡੀ ਦੇ ਬੱਕਰੀ ਦੇ ਕਿਸੇ ਵੀ ਚੀਜ਼ ਦੇ ਜੇ ਤੁਹਾਡੇ ਪਸ਼ੂ ਦੇ ਲੱਗ ਗਏ, ਹਾਂ ਤਾਂ ਤੁਸੀਂ ਆ ਭੰਗ ਇਹਨਾਂ ਨੇ ਪੱਤੇ ਇੰਨੇ ਸਾਰੇ ਆ ਲੈ ਲੈਣੇ, ਠੀਕ ਹੈ, ਪੱਤੇ ਲੈ ਲੈਣੇ, ਠੀਕ ਹੈ, ਇਹ ਤੋਂ ਬਾਅਦ ਇਹਨੂੰ ਇਹਦੇ ਵਿੱਚ ਪਾ ਦੇਣਾ ਜੀ, ਇਹਦੇ ਵਿੱਚ ਪਾ ਤਾ, ਠੀਕ ਹੈ, ਉਹ ਫੜਾ ਬਈ, ਤੈਨੂੰ ਇੱਕ ਚੀਜ਼ ਹੋਰ ਫੜਾਈ ਦੀ ਮੈਂ, ਇੱਕ ਚੀਜ਼ ਆ ਗਈ ਆਏਗੀ ਕਪੂਰ ਦੀ ਟਿੱਕੀ, ਕਪੂਰ ਦੀ ਟਿੱਕੀ, ਹਾਂ ਇਹ ਦੁਕਾਨ ਤੋਂ ਮਿਲ ਜੂਗੀ, ਇਹ ਦੁਕਾਨ ਤੋਂ ਮਿਲ ਜੂਗੀ, ਠੀਕ ਹੈ, ਇਹ ਵਿੱਚ ਪਾ ਦੇਣੀ ਇਹਦੇ, ਹਾਂ ਇੱਕ, ਹਾਂ ਤੋੜ ਕੇ ਪਾਈ ਹੈ ਜੀ, ਹਾਂ ਤੋੜ ਕੇ ਪਾਈ ਹੈ ਜੀ, ਤੋੜ ਕੇ ਪਾਤੀ ਤੁਸੀਂ ਵਿੱਚ ਇਹਦੇ, ਠੀਕ ਹੈ, ਲੈ ਵੀ ਦੁਬਾਰਾ ਦੀ ਗੱਠ ਮਾਰ ਦੇ, ਮਾਰ ਦਿਓ ਜੀ ਗੱਠ, ਮਾਰ ਦਿਓ ਜੀ ਗੱਠ, ਮਾਰ ਲੈ ਛੱਡ ਦੇ ਜੀ, ਅੱਛਾ ਨਾ ਰਗੜਨਾ ਨਾ ਮਸਲਣਾ ਕੁਛ ਨਹੀਂ ਕਰਨਾ ਇਹਦੇ ਵਿੱਚ, ਤੇ ਕੱਪੜਾ ਜਾਲੀਦਾਰ ਹੋਵੇ, ਜਾਲੀਦਾਰ ਜਿਹਦੇ ਵਿੱਚ ਦੀ ਇਹਦੀ ਸਮੈਲ ਆਵੇ, ਸਮੈਲ ਆਵੇ, ਠੀਕ ਹੈ, ਜਾਲੀਦਾਰ ਕੱਪੜਾ ਜੀ ਚ ਸਮੈਲ ਆਵੇ, ਇਹ ਕਿੱਥੇ ਬੰਨਣਾ ਜੀ, ਹਾਂ ਉਸ ਤੋਂ ਬਾਅਦ ਕਰਨਾ ਕੀ ਹੈ ਤੁਸੀਂ ਨੇ, ਠੀਕ ਉਸ ਤੋਂ ਬਾਅਦ ਇਹਨੂੰ ਇਹਦੇ ਗਲ ਚ ਬੰਨਣਾ ਜੀ, ਗਲ ਚ ਮੈਂ ਇਸ ਤੇ ਇਹਨਾਂ ਨੂੰ ਫੜਾ ਦਿਓ ਜੀ, ਲਓ ਜੀ ਦੇਖੋ ਜੀ, ਚਲ ਉਹਦਾ ਕੋਈ ਚੱਕਰ ਨਹੀਂ, ਅਗਲਾ ਜੋੜ ਲਓ, ਉਹ ਤਾਂ ਅਗਲਾ ਬੰਨ ਹੀ ਲਊਗਾ ਗੱਲ ਚ, ਉਹਦਾ ਤਾਂ ਕੋਈ, ਤੇ ਤੁਹਾਨੂੰ ਪੂਰਾ ਪ੍ਰੋਸੈਸ ਵੀ ਦੱਸਦਾ ਇਹਦਾ, ਹਾਂਜੀ ਵੀ ਛੱਡ ਦੋ ਛੱਡ ਦੋ, ਇਹਦੇ ਤਾਂ ਚਿੱਚੜੀਆਂ ਹੈ ਨਹੀਂ, ਹਾਂ ਛੱਡ ਦੋ, ਜੇ ਆਪਾਂ ਤਾਂ ਬੰਨੀ ਹੋਈ ਤਾਂ ਆਪਾਂ ਦੱਸ ਲਿਆ ਵੀ ਇੱਥੇ ਬੰਨਣੇ, ਠੀਕ ਹੈ, ਗੱਲ 'ਚ ਬੰਨਣੀ ਹੈ, ਗੱਲ 'ਚ ਬੰਨਣੀ ਹੈ, ਤੇ 8 ਦਿਨ ਤੁਸੀਂ ਰੱਖਣੀ ਹੈ ਜੀ ਇਹਦੇ ਗੱਲ 'ਚ, 8 ਦਿਨ, 8 ਦਿਨ, 8 ਦਿਨਾਂ ਬਾਅਦ ਇੱਕ ਵੀ ਚਿੱਚੜੀ ਨਹੀਂ ਮਿਲੂਗੀ ਤੁਹਾਡੀ, ਤੇ ਨਾਲੇ ਤੁਹਾਡੀ ਮੈਂ ਦੁੱਧ ਵੱਜੂਗੀ, ਠੀਕ ਹੈ ਜੀ, ਹਾਂ ਵੀਡੀਓ ਸ਼ੇਅਰ ਕਰ ਦਿਓ ਜੀ।